ਤੁਸੀਂ ਨਵੇਂ ਨਵੇਂ ਦੇ ਦਿੱਤੇ ਜਵਾਕਾਂ ਨੂੰ ਪੁੱਛ ਕੇ ਦੇਖ ਲਓ ਖੱਲ ਕੀ ਹੁੰਦੀ ਹੈ ਕਿਉਂਕਿ ਅਸੀਂ ਦੋਸਤ ਪਿੰਡਾਂ ਵਾਲਿਆਂ ਨੂੰ ਭਾਈ ਜਿਹੜੇ ਵੱਡੀ ਉਮਰ ਦੇ ਉਹਨੂੰ ਬੇਨਤੀ ਕਰਦੇ ਆ ਵੀ ਨਵੇਂ ਵਾਲੇ ਬੱਚਿਆਂ ਨੂੰ ਥੋੜਾ ਥੋੜਾ ਦੱਸਿਆ ਕਰੋ ਇੱਕ ਖੱਲ ਹੁੰਦੀ ਆ ਮੱਕੀ ਦੀ ਕਿਤਾਬਾਂ ਦਾਣੇ ਪੜਾਉਣ ਜਾਂਦੇ ਆ ਇੱਕ ਖੱਲ ਹੁੰਦੀ ਆ ਇੱਕ ਫਰਕਰੀ ਹੁੰਦੀ ਆ ਜਦੋਂ ਕਿਸੇ ਦਾ ਕੋਈ ਲਾਜ ਲੂਜ ਕਰਨਾ ਹੋਵੇ ਕਹਿੰਦਾ ਫਰਕਰੀ ਭੁੰਨ ਕੇ ਉਹ ਵੀ ਖੱਲ ਬਣ ਜਾਂਦੀ ਆ ਇਸ ਕਰਕੇ ਤੁਹਾਨੂੰ ਸੱਭਿਆਚਾਰ ਬਾਰੇ ਪਿੰਡਾਂ ਦੀਆਂ ਗੱਲਾਂ ਬਾਰੇ ਜ਼ਰੂਰ ਪਤਾ ਲੱਗਣਾ ਚਾਹੀਦਾ ਕੀ ਹੁੰਦਾ ਹੈ
ਬੰਦੇ ਪਾਸੇ ਬੰਦਾ ਖੜਾ ਇਹਨੂੰ ਨੈਟ ਤੇ ਤੁਸੀਂ ਦੇਖਿਆ ਹੋਊਗਾ ਜੇ ਨੈਟ ਤੇ ਨੂੰ ਦੇਖਣਾ ਹੋਵੇ ਚਾਚੀ ਲਤਰੋ ਭਰ ਦੋ ਤੇ ਸਾਰੇ ਦੂਜੇ ਕੱਪੜੇ ਜਾ ਦੋ ਅੱਜ ਤਾਂ ਮੈਨੂੰ ਐ ਲੱਗਦਾ ਮੇਰੇ ਸੀਨੇ ਤੇ ਕੁਝ ਭਾਰ ਲੈ ਗਿਆ ਹੁੰਦਾ ਕਮੇ ਬੋਲੀ ਜਾਂਦੇ ਆ ਜਾ ਤੈਨੂੰ ਪਤਾ